ਇਹ ਕੋਈ ਸਮਝ ਨਹੀਂ ਆਈ ਸਾਨੂੰ ਵੀ ਇਸ ਚੀਜ਼ ਦੀ ਵੀ ਕੀ ਚੱਕਰ ਹੈ, ਕੀ ਬਾਤ ਹੈ। ਕੋਈ ਐਡੇ ਸ਼ਾਹੂਕਾਰ ਵੀ ਨਹੀਂ ਅਸੀਂ, ਇਹ ਤਾਂ ਚਲੋ ਮੰਨਦੇ ਵੱਡੇ ਘਰਾਂ ਦੇ ਵਿੱਚ ਰੇਟਾਂ ਪੈਂਦੀਆਂ ਤਾਂ ਸੁਣੀਆਂ, ਠੀਕ ਹੈ, ਤਕੜੇ ਤਕੜਿਆਂ ਦੇ। ਅੱਜ ਪਹਿਲੀ ਵਾਰ ਦੇਖਿਆ ਵੀ ਸਾਡੇ ਆਮ ਬੰਦੇ ਦੇ ਘਰੇ ਵੀ ਰੇਟ ਪੈ ਚੁੱਕੀ ਹੈ, ਠੀਕ ਹੈ, ਨਿਕਲਿਆ ਕੱਖ ਨਹੀਂ, ਪਰ ਖਿਲਾਰ ਕੇ ਇੱਕ ਚੀਜ਼ ਗਏ ਹੈ, ਠੀਕ ਹੈ। ਪਰ ਮਿਸ ਵੀਰੇ ਆਪਾਂ ਨਹੀਂ ਕਹਿ ਸਕਦੇ ਮੁਲਾਜ਼ਮ ਨੇ ਕੋਈ ਵੀ ਆਪਣੇ ਨੇ ਗਲਤ ਕੀਤੀ, ਕੋਈ ਬਦਤਮੀਜ਼ੀ ਕੀਤੀ ਜਾਂ ਗਲਤ ਬੋਲੇ, ਜਾਂ ਲੇਡੀਜ਼ ਕੰਸਟੇਬਲ ਨਾਲ ਸਾਰੇ ਸੀਗੇ, ਵੀ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਹੈ। ਬਿਲਕੁਲ ਉਹਨਾਂ ਨੇ ਜਿਵੇਂ ਅਸੀਂ ਚੱਲੇ ਉਵੇਂ ਚੱਲੇ ਹੈ, ਠੀਕ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੋਈ ਹੈ। ਮਿਲਿਆ ਕੱਖ ਵੀ ਨਹੀਂ ਉਹਨਾਂ ਨੂੰ ਕਿਸ ਚੀਜ਼ ਦਾ ਵੀ, ਠੀਕ ਹੈ, ਕੋਈ ਪ੍ਰੋਬਲਮ ਨਹੀਂ ਆਈ ਕਿਸ ਚੀਜ਼ ਦੀ। ਬਸ ਸਾਨੂੰ ਇੰਨਾ ਵੀ ਇੱਕ ਵਾਰੀ ਕਹਿਤਾ ਵੀ 6 ਤਰੀਕ ਨੂੰ ਆਪਣਾ ਸੋਮਵਾਰ ਨੂੰ ਇੱਕ ਵਾਰੀ ਜਾਣਾ ਉੱਥੇ, ਅਜੀ ਲਵਾ ਕੇ ਆਉਣੀ, ਕੋਈ ਮਾੜੀ ਮੋਟੀ ਇਹਨਾਂ ਦੀ ਪਿੱਛੇ ਪਿੱਛੇ ਹੁੰਦੀ ਹੈ। ਬਸ ਮੈਨੂੰ ਇਕੱਲਾ ਇਹਨਾਂ ਨੇ ਇਹ ਗੱਲ ਕਹੀ, ਉਹਦੀ ਸਮਝ ਨਹੀਂ ਆਈ ਵੀ ਆਹ ਬਰਨਾਲੇ ਇਹਨਾਂ ਦਾ ਕੋਈ ਕਾਂਡ ਹੋਇਆ ਆਪਣਾ 23/12/2023 ਨੂੰ, ਵੀ ਉੱਥੇ ਤੇਰੀ ਲੋਕੇਸ਼ਨ ਹੈ, ਤੇਰੀ ਵੈਸੇ ਹੈ। ਮੈਂ ਫਿਰ ਮੇਰੇ ਕੋਲ ਸਬੂਤ ਸਾਰੇ ਪਏ ਹੈ, ਉਹ ਤੁਹਾਨੂੰ ਮੈਂ ਦੇ ਦੂੰਗਾ ਸਬੂਤ, ਤੁਸੀਂ ਲਾਉਣੇ ਸਬੂਤ ਲਾ ਸਕਦੇ ਹੋ, ਠੀਕ ਹੈ ਨਾ। ਵੀ ਮੈਂ ਡੇਢੀ ਡੇਟ ਦੇ ਉੱਤੇ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਉੱਥੇ ਹੈ, ਵੀ ਫਿਰ ਮੈਨੂੰ ਕਹਿੰਦੇ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਬੇਟਾ ਵੀ ਜਾਂਦਾ ਹੈ ਅਤੇ ਤੂੰ ਵੀ ਜਾਂਦਾ। ਮੈਂ ਕਿਹਾ ਜਦੋਂ ਹੈ ਹੀ ਕਿਸਾਨਾਂ ਦੇ ਪੁੱਤ ਹੈ, ਬੇਚਕ ਜ਼ਮੀਨ ਥੋੜ੍ਹੀ ਹੈ, ਵੱਧ ਹੈ। ਜਦੋਂ ਹੈ ਹੀ ਕਿਸਾਨਾਂ ਦੇ ਪੁੱਤ ਹੈ, ਬੇਚਕ ਥੋੜ੍ਹੀ ਹੈ, ਵੱਧ ਹੀ ਹੈ, ਉਹਦੀ ਕੋਈ ਵੱਡੀ ਗੱਲ ਨਹੀਂ ਹੈ। ਜ਼ਮੀਨਾਂ ਵਾਲਿਆਂ ਦੀ ਗੱਲ ਨਹੀਂ ਹੁੰਦੀ, ਜ਼ਮੀਨ ਵਾਲਿਆਂ ਦੀ ਹੁੰਦੀ ਹੈ, ਤਾਂ ਹੁਣ ਮੇਰੇ ਦਫ਼ਤਰ ਦੇ ਬਾਹਰ ਦੇ ਮੂਹਰੇ ਬੈਠੇ ਹੈ ਕਿਸਾਨ, ਠੀਕ ਹੈ। ਅਸੀਂ ਹੁਣ ਕੱਲ੍ਹ ਲੰਗਰ ਲਾਉਣ ਜਾ ਰਹੇ ਉਹਨਾਂ ਵਾਸਤੇ, ਬਰੇਡਾਂ ਦਾ, ਸਾਰੇ ਸਮਾਨਾਂ ਦਾ, ਜਿੰਨੀ ਮਦਦ ਹੋਈ ਕਰਾਂਗੇ ਕਿਸਾਨਾਂ ਦੇ ਨਾਲ ਖੜੇ ਹਾਂ ਅਸੀਂ, ਸਾਨੂੰ ਕੋਈ ਚੱਕਰ ਨਹੀਂ। ਅਸੀਂ ਆਹ ਸਹੀ ਹੈ, ਠੀਕ ਹੈ, ਗਲਤ ਨਹੀਂ, ਕੋਈ 2 ਨੰਬਰ ਦਾ ਧੰਦਾ ਨਹੀਂ ਕਰਦੇ, ਠੀਕ ਹੈ। ਇੱਕ ਜੇ ਉਹਨੇ ਕਦੇ ਵੀ ਆਪਣੇ ਹੁਣ ਨਾਲ ਬੈਠੇ, ਆਪਣੇ ਪਿੰਡ ਦੇ ਬੈਠੇ ਆ, ਮੋਤਵਾਰੀ ਆ ਬੰਦੇ ਆਪਣੇ ਸਾਰੇ ਜਿੰਨੇ ਵੀ ਬੈਠੇ ਆ, ਜਿਵੇਂ ਜਿਵੇਂ ਅਗਲੇ ਨੂੰ ਪਤਾ ਲੱਗਦਾ ਐਨ ਆਈ ਦੀ ਕੋਈ ਛੋਟੀ ਰੇਟ ਨਹੀਂ ਹੁੰਦੀ, ਇਹ ਆਪੇ ਮੰਨਦਾ। ਮੈਂ ਪਹਿਲੀ ਵਾਰ ਦੇਖੀ ਹੈ ਵੀ ਐਨ ਆਈ ਦੀ ਰੇਟ ਆ, ਮੈਂ ਤਾਂ ਨਾ ਹੀ ਸੁਣੀ ਸੀ ਇਹਨਾਂ ਦੀ, ਸਹੀ ਗੱਲ ਦੱਸਦਾ ਤੁਹਾਨੂੰ, ਠੀਕ ਹੈ। ਪਹਿਲਾਂ ਵੀ 1-2 ਵਾਰੀ ਦੇਖਿਆ ਵੀ ਇਹਨਾਂ ਨੇ ਕੀਤੀਆਂ, ਪਰ ਅੱਜ ਪਤਾ ਲੱਗ ਗਿਆ। ਪਰ ਨਹੀਂ ਇਹ ਕਹਿ ਸਕਦੇ ਹਾਂ ਵੀ ਆਮ ਪੁਲਿਸ, ਪੰਜਾਬ ਪੁਲਿਸ ਵੀ ਨਾਲ ਸੀਗੀ ਵਿਚਾਰੇ, ਉਹ ਵੀ ਕੁਛ ਨਹੀਂ ਬੋਲੇ, ਬਾਹਰੀ ਰਹੇ ਆ। ਉਹ ਆਪ ਵੀ ਮੁਲਾਜ਼ਮ ਸੀ, ਠੀਕ ਹੈ। ਉਹਨਾਂ ਨੇ ਵੀ ਕੋਈ ਮਿਸਬਿਹੇਵ ਨਹੀਂ ਕੀਤਾ ਆਪਣੇ ਨਾਲ, ਠੀਕ ਹੈ, ਕੋਈ ਪ੍ਰੋਬਲਮ ਨਹੀਂ ਆਈ, ਕੋਈ ਦਿੱਕਤ ਨਹੀਂ ਆਈ, ਫੈਮਿਲੀ ਵੀ ਸਾਰੀ ਨਾਲ ਸੀ, ਠੀਕ ਹੈ। ਅਤੇ ਆਪਾਂ ਤਾਂ ਇਹ ਕਹਿਣਾ ਚਾਹਾਂਗੇ ਵੀ ਜੇ ਵਾਰ ਵਾਰ ਸਾਡੇ ਤੋਂ ਪੁੱਛਦੇ ਵੀ ਕਿਸਾਨ ਜਥੇਵਾਰੀਆਂ ਇੱਕ ਵਾਰੀ ਪੁੱਛਦੇ ਵੀ ਆਹ ਕਹਾਣੀ ਕੀ ਬਾਤ ਹੈ, ਵੀ ਚੱਲ ਬੰਦਾ ਜਾ ਵੀ ਵੜੂਗਾ, ਉਹਦੇ ਵਿੱਚ ਦਿੱਕਤ ਵੀ ਕੀ ਹੈ, ਉਹਦੇ ਪ੍ਰੋਬਲਮ ਤਾਂ ਕੋਈ ਹੈ ਨਹੀਂ, ਠੀਕ ਹੈ। ਆਪਦਾ ਖਾਂਦੇ ਹਾਂ ਵੀਰ ਜੀ, ਇਮਾਨਦਾਰੀ ਨਾਲ ਖਾਂਦੇ ਹਾਂ, ਡਰ ਸਾਨੂੰ ਕਿਸੇ ਚੀਜ਼ ਦਾ ਹੈ ਨਹੀਂ। ਸਾਨੂੰ ਬੁਲਾਇਆ ਸੋਮਵਾਰ ਨੂੰ, ਜਾਵਾਂਗੇ, ਬੇਫਿਕਰ ਹੋ ਕੇ ਜਾਵਾਂਗੇ, ਸਾਨੂੰ ਕੋਈ ਪ੍ਰੋਬਲਮ ਨਹੀਂ, ਜੋ ਆਪਾਂ ਸਹੀ ਹੈ। ਨਹੀਂ ਜੀ, ਕੁਛ ਨਹੀਂ ਮਿਲਿਆ ਉਹਨਾਂ ਨੂੰ, ਇਹਦਾ ਕਾਰਨ ਕੀ ਸੀ ਉਹਨੇ ਸਾਨੂੰ ਖੁਦ ਵੀ ਨਹੀਂ ਦੱਸਿਆ, ਅਸੀਂ ਪੁੱਛਦੇ ਰਹੇ ਉਹਨਾਂ ਤੋਂ, ਸਾਨੂੰ ਦੱਸੋ ਕੀ ਆ, ਪੋਲੀਟੀਕਲ ਪਰਪਸ ਹੋ ਸਕਦਾ, ਹੋਰ ਤਾਂ ਕੋਈ ਸਾਡੇ ਨਾਲ ਤਾਂ ਕੋਈ ਇਹੋ ਜਿਹੀ ਚੀਜ਼ ਜੀ। ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੂੰ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਵੀ ਇਹਨਾਂ ਨੇ ਇਸ ਚੀਜ਼ ਦਾ ਇੰਟਰੈਕਸ਼ਨ ਕੀਤੀ ਹੋਈ ਸੀ, ਤਾਂ ਲਗਾਤਾਰ ਆਮ ਆਦਮੀ ਪਾਰਟੀ ਦੇ ਨੇਤਾ ਤਰੇ ਕੋਈ ਆਈ ਐਨ ਏ ਦੀ ਰੇਡ ਹੋ ਗਈ। ਇਹ ਤਾਂ ਹੁਣ ਉਹ ਹੀ ਦੱਸ ਸਕਦੇ ਵੀ ਉਹਨਾਂ ਨੂੰ ਕੀ ਡਰ ਹੈ ਕਿ ਆਮ ਆਦਮੀ ਪਾਰਟੀ ਤੋਂ, ਇਸ ਵੱਲੋਂ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਆ। ਸਰ ਕਿੰਨੇ ਵਜੇ ਤੁਹਾਡੇ ਘਰੇ ਆਏ ਜੀ? ਲਗਭਗ 6:30 ਵਜੇ। ਤੇ ਕਿੰਨੇ ਵਜੇ ਤੱਕ ਖਤਮ ਹੋ ਗਈ? 2.5-3 ਘੰਟੇ ਜੀ। ਤੇ ਘਰੋਂ ਕੀ ਇਹਨਾਂ ਨੇ ਕੀ ਕੁਛ ਸਰਚ ਕੀਤਾ? ਸਾਰਾ ਕਵਰਡ ਵਗੈਰਾ ਸਾਰੀ ਅਲਮਾਰੀਆਂ ਪੇਟੀਆਂ ਜੋ ਵੀ ਹੈ ਸਭ ਕੁਛ ਇਹਨਾਂ ਨੇ ਖੋਲ ਕੇ ਦੇਖਿਆ, ਫੋਟੋ ਫਾਲੀ ਕੀਤੀ, ਪਰ ਇਹਨੂੰ ਕੁਛ ਨਹੀਂ ਮਿਲਿਆ। ਤੁਹਾਨੂੰ ਕੋਈ ਸਰ ਨੋਟਿਸ ਦੇ ਕੇ ਗਏ ਬੁਲਾਉਣ? ਹਾਂ, ਮੈਨੂੰ 6 ਤਰੀਕ ਨੂੰ ਦਿੱਲੀ ਬੁਲਾਉਣ ਦਾ ਨੋਟਿਸ ਦੇ ਕੇ ਗਏ, 6 ਤਰੀਕ ਨੂੰ ਦਿੱਲੀ ਆਉਣਾ। ਸਾਡਾ ਇਹ ਪਰਿਵਾਰ ਹੀ ਹੈ, ਮੇਰਾ ਭਾਈ ਲੱਗਦਾ ਛੋਟਾ, ਤੇ ਘਰੇ ਇਹਨਾਂ ਦੇ ਸੁਬਹਾ ਲਗਭਗ 3 ਵਜੇ NI ਨੇ ਰੇਡ ਕਰੀ, ਤੇ ਸ਼ਾਂਤਮਈ ਢੰਗ ਨਾਲ ਰੇਡ ਕਰੀ ਉਹਨਾਂ ਨੇ। ਸ਼ਾਇਦ ਹੋ ਸਕਦਾ ਉਹਨਾਂ ਨੂੰ ਕੋਈ ਗਲਤ ਫਹਿਮੀ ਹੋਵੇ, ਤੇ ਉਹ ਚੱਕਰ 'ਚ ਉਹਨਾਂ ਨੇ ਆ ਕੇ ਪੁੱਛਦੱਸ ਕਰੀ, ਅਸੀਂ ਉਹਨਾਂ ਦਾ ਸਾਥ ਦਿੱਤਾ, ਤੇ ਉਹ ਸੰਤੁਸ਼ਟ ਹੋ ਕੇ ਇੱਕ ਵਾਰ ਚਲੇ ਗਏ ਆ। ਸਾਨੂੰ ਬੁਲਾਇਆ ਗਿਆ ਉਹਨਾਂ ਵੱਲੋਂ,
ਸੋਮਵਾਰ ਨੂੰ, ਤੇ ਉਸ ਦਿਨ ਅਸੀਂ ਉਹਨਾਂ ਨੂੰ ਜਾ ਕੇ ਜੇ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦੀ ਲੋੜ ਹੋਊਗੀ ਤਾਂ ਅਸੀਂ ਦੇਵਾਂਗੇ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਅਸੀਂ ਸਾਡਾ ਸਾਫ ਪਰਿਵਾਰ ਹੈ, ਸਾਫ ਸੁਥਰੇ ਸਾਡੇ ਕੰਮ ਨੇ, ਕੋਈ ਅਸੀਂ ਗਲਤ ਕੰਮ ਨਹੀਂ ਕਰਦੇ, ਕਿਸੇ ਗਲਤ ਅਨਸਰ ਨਾਲ ਸਾਡੇ ਸੰਬੰਧ ਨਹੀਂ ਹੈਗੇ।